ਜਿਸ ਪਲ ਤੁਸੀਂ ਮੇਰੀਆਂ ਅੱਖਾਂ ਵਿੱਚ ਵੇਖਦੇ ਹੋ ਅਤੇ ਫਿਰ ਅੱਖਾਂ ਚੁਰਾ ਲੈਂਦੇ ਹੋ, ਇਹੀ ਮਾਹੌਲ ਵਿੱਚ ਬੇਚੈਨੀ ਦਾ ਕਾਰਨ ਬਣਦਾ ਹੈ। ਹਾਂ, ਮੈਂ ਸਮਝਦਾ ਹਾਂ ਕਿ ਅੱਖਾਂ ਦੇ ਸੰਯੋਗ ਨਾਲ, ਇਹਨਾਂ ਸੁਨਹਿਰੇ ਰੰਗਾਂ ਨਾਲ ਦੋਸਤੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸ ਨਾਲ ਸਾਡੇ ਵਿਚਕਾਰ ਕੋਈ ਕੁਦਰਤੀ ਸੰਯੋਗ ਬਣ ਸਕਦਾ। ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ, ਪਰ ਸਿਰਫ ਇਹੀ ਇੱਛਾ ਕਰਦਾ ਹਾਂ ਕਿ ਇੱਕ ਦਿਨ ਤੁਸੀਂ ਮੈਨੂੰ ਜ਼ਰੂਰ ਯਾਦ ਕਰੋਗੇ ਅਤੇ ਮੇਰਾ ਪਿਆਰ ਤੁਹਾਡੀ ਇਸ ਸੁਲਝਣ ਅਤੇ ਖਿਚਾਵ ਨੂੰ ਖਤਮ ਕਰਨ ਦਾ ਰਸਤਾ ਸਾਬਿਤ ਹੋਵੇਗਾ। ਉਮੀਦ ਹੈ ਤੁਸੀਂ ਇਸ ਨੂੰ ਸਮਝੋ।